ਜਿਹੜਾ ਵੀ ਸਮਾਨ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਦਿੱਤਾ ਜਾ ਰਿਹਾ ਜੀ, ਸਾਡੇ ਸਤਿਕਾਰਯੋਗ ਮਿਨਿਸਟਰ ਡਾਕਟਰ ਬਲਵੀਰ ਸਿੰਘ ਜੀ ਵੱਲੋਂ ਜੋ ਵੀ ਮੁਹਿੰਮ ਚਲਾਈ ਗਈ ਹੈ ਉਹਦੇ 'ਚ ਹਿੱਸਾ ਪਾਉਣ ਵਾਸਤੇ ਸਾਡੀ ਨਵੀਂ ਅਨਾਜ ਮੰਡੀ ਸਰਹੰਦ ਰੋਡ ਪਟਿਆਲਾ ਦੇ ਸਮੁੱਚੇ ਆੜ੍ਹਤੀ ਵਰਗ ਨੇ ਇਕੱਠੇ ਹੋ ਕੇ ਹਿੱਸਾ ਪਾਇਆ, ਤਾਂ ਕਿ ਜਿਹੜੀ ਸੇਵਾ ਇਹ ਜੋ ਅੱਜ ਕੱਲ੍ਹ ਦੇ ਹਾਲਾਤ ਬਣੇ ਹੋਏ ਹੈ ਉਹਨਾਂ ਲੋਕਾਂ ਦੇ ਤੱਕ ਪਹੁੰਚ ਸਕੇ, ਉਹਨਾਂ ਲਈ ਕੁਛ ਅਸੀਂ ਉਹਨਾਂ ਦਾ ਸਹਾਰਾ ਬਣ ਸਕੀਏ। ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਰਾ ਜੋ ਵੀ ਮੰਤਰੀ ਸਾਹਿਬ ਨੇ ਸਮੁੱਚਾ ਉਪਰਾਲਾ ਹੈ ਵਰਗ ਉਹਨਾਂ ਦੇ ਨਾਲ ਚੱਲ ਕੇ ਉਸੇ ਤਰ੍ਹਾਂ ਸਿਰੇ ਚੜਾਇਆ ਜਾ ਰਿਹਾ, ਉਹ ਸਾਡੇ ਪੰਜਾਬ ਦੇ ਪ੍ਰਧਾਨ ਦੀ ਸੇਵਾ ਕਰੇਗਾ ਰਵਿੰਦਰ ਇਨਸਾਨ ਦੇ ਨਾਤੇ ਪਦਵੀ ਬਣਦਾ ਹੈ, ਸਮਾਂ ਮੰਗਿਆ ਇੱਕ ਜ਼ਰੂਰੀ ਹੈ ਪੰਜਾਬ ਲੈਵਲ ਦੀ ਜਿਹੜੀ ਸਮੱਸਿਆ ਕੋਈ ਹੜ੍ਹ ਪੀੜਤ ਜੋ ਵੀ ਜਿੱਥੇ ਜਿੱਥੇ ਸਮੱਸਿਆ ਆਈ ਹੈ ਵੀ ਸਾਰਿਆਂ ਦੀ ਅਸੀਂ ਜਾ ਕੇ ਮਦਦ ਕਰਾਂਗੇ। ਸੋ ਸ਼ਾਮ ਨੂੰ ਅੱਜ 5 ਵਜੇ ਮੀਟਿੰਗ ਵੀ ਰੱਖੀ ਗਈ ਹੈ, ਉਸ ਮੀਟਿੰਗ ਤੋਂ ਬਾਅਦ ਜੋ ਵੀ ਪ੍ਰਧਾਨ ਜੀ ਸਾਨੂੰ ਪੰਜਾਬ ਲੈਵਲ 'ਤੇ